ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਸਟੇਸ਼ਨ ਤੇ ਅਸੀਂ ਪੰਜਾਬੀ ਸਿਨੇਮੇ ਦੇ ਨਾਲ ਜੁੜੀ ਹੋਈ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਫਿਲਮਾਂ ਕਮਾਲ ਦੀਆਂ ਹੁੰਦੀਆਂ ਨੇ ਤੇ ਕੁਝ ਫਿਲਮਾਂ ਅਜੇਹੋ ਅਜਿਹਿਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਸਾਨੂੰ ਬੜੀ ਐਕਸਾਈਟਮੈਂਟ ਰਹਿੰਦੀ ਹੈ ਸੋ ਦੋਸਤੋ ਪੰਜਾਬੀ ਸਿਨੇਮੇ ਦੀ ਗੱਲ ਕਰਾਂ ਤਾਂ ਪੰਜਾਬੀ ਸਿਨੇਮੇ ਦੀ ਬਹੁਤ ਹੀ ਖੂਬਸੂਰਤ ਫਿਲਮ ਜੋ ਕਿ ਸੁਪਰ ਡੂਪਰ ਹੱਥ ਹੋਈ ਜਿਸ ਨੇ ਸਾਡੀ ਪੰਜਾਬੀ ਸਿਨੇਮੇ ਦੀ ਕਿਸਮਤ ਨੂੰ ਬਦਲ ਦਿੱਤਾ ਕਹਿ ਸਕਦਾ ਹੈ ਕਿ ਪੰਜਾਬੀ ਸਿਨੇਮੇ ਦੀ ਕਿਸਮਤ ਦੇ ਵਿੱਚ ਕਿਸਮਤ ਆਈ ਐਮੀ ਵਿਰਕ ਤੇ ਸਰਗੁਣ ਮਹਿਤਾ ਹੋਰਾਂ ਦੀ ਕਮਾਲ ਦੀ ਫਿਲਮ ਸੀਗੀ ਜਿਸ ਫਿਲਮ ਨੇ ਰਿਲੀਜ਼ ਹੁੰਦਿਆ ਹੀ ਇੱਕ ਵੱਡੀ ਉਪਲਬਧਦੀ ਹਾਸਲ ਕੀਤੀ ਤੇ ਉਸ ਫਿਲਮ ਨੂੰ ਇੰਨਾ ਕੋ ਪਿਆਰ ਮਿਲਿਆ ਕਿ ਉਸ ਪਿਆਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਲਮ ਦੀ ਟੀਮ ਨੇ ਫੈਸਲਾ ਲਿਆ ਕਿ ਕਿਸਮਤ 2 ਬਣਾਈ ਜਾਵੇ ਤੇ ਦੋਸਤੋ ਦੱਸਣਾ ਕਿ ਪੰਜਾਬੀ ਸਿਨੇਮੇ ਦੀ ਕਿਸਮਤ ਇੰਨੀ ਖੂਬਸੂਰਤੀ ਕਿ ਕਿਸਮਤ 2 ਵੀ ਸੁਪਰ ਡੂਪਰ ਹਿੱਟ ਹੋਈ ਬਹੁਤ ਹੀ ਪਿਆਰੀ ਜੀ ਕਹਾਣੀ ਸੀ ਇੱਕ ਅਲੱਗ ਦੀ ਕਹਾਣੀ ਸੀ ਹਾਲਾਂਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਤੇ ਐਕਸ਼ਨ ਫਿਲਮਾਂ ਰਿਲੀਜ਼ ਹੁੰਦੀਆਂ ਨੇ ਪਰ ਜਦੋਂ ਕਿਸਮਤ 1 ਜਾਂ ਕਿਸਮਤ 2 ਆਈ ਤਾਂ ਇੱਕ ਅਲੱਗ ਜਾ ਕਨਸੈਪਟ ਲੱਗਿਆ ਤੇ ਸਾਨੂੰ ਇਹ ਉਮੀਦਾਂ ਹੋਈਆਂ ਕਿ ਜਗਦੀਪ ਸਿੱਧੂ ਹਰੀ ਸੱਚੀ ਪੰਜਾਬੀ ਸਿਨੇਮੇ ਦੀ ਕਿਸਮਤ ਦੇ ਲਈ ਕੁਝ ਨਾ ਕੁਝ ਕਰ ਰਹੇ ਨੇ ਤੇ ਉਹਨਾਂ ਦੇ ਸਿਨੇਮੇ ਦੇ ਵਿੱਚੋਂ ਹਰ ਵਾਰੀ ਕੋਈ ਨਾ ਕੋਈ ਅਲੱਗ ਝਲਕ ਪੈਂਦੀ ਹੀ ਪੈਂਦੀ ਆ ਸੋ ਦੋਸਤੋ ਫਿਲਹਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਜਗਦੀਪ ਸਿੱਧੂ ਹਰਾਂ ਨੂੰ ਇੰਸਟਾਗ੍ਰam ਤੇ ਇੱਕ ਸਵਾਲ ਪੁੱਛਿਆ ਗਿਆ ਸਵਾਲ ਦੇ ਸਵਾਲ ਇਹ ਸੀ ਕਿ ਕਿਸਮਤ ਬਾਰੇ ਕੀ ਤੁਹਾਡੀ رائے ਆ ਕਿ ਕਿਸਮਤ ਕਦੋਂ ਬਣਾਈ ਜਾਏਗੀ ਤਾਂ ਜਗਦੀਪ ਸਿੱਧੂ ਹਰਾਂ ਨੇ ਐਲਾਨ ਕੀਤਾ ਕਿ ਕਿਸਮਤ 3 ਦਾ ਜਿਹੜਾ ਸ਼ੂਟ ਆ ਉਹ ਜਲਦ ਸਟਾਰਟ ਕੀਤਾ ਜਾਏਗਾ ਤੇ ਇਹਨਾਂ ਸੁਣਦਿਆਂ ਹੀ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਾਗੀ ਤੇ ਸਾਰਿਆਂ ਦੀ ਐਕਸਾਈਟਮੈਂਟ ਇਸ ਤਰੀਕੇ ਦੀ ਬਣੀ ਕਿ ਕਿਸਮਤ 3 ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇਗਾ ਤੇ ਦੋਸਤੋ ਤੁਹਾਨੂੰ ਦੱਸ ਦਿੰਦੇ ਆ ਕਿ ਕਿਸਮਤ 3 ਦੀ ਜਿਹੜੀ ਸ਼ੂਟਿੰਗ ਆ ਉਹ ਫਰਵਰੀ ਜਾਂ ਮਾਰਚ ਦੇ ਵਿੱਚ ਸਟਾਰਟ ਹੋ ਜਾਣੀ ਆ ਯਾਨੀ ਕਿ 2024 ਦੇ ਵਿੱਚ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਸਟਾਰਟ ਹੋ ਜੇਨੀ ਆ ਤੇ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕੀ ਫਿਲਮ ਦਾ ਸ਼ੂਟ ਤਾਂ ਸਟਾਰਟ ਹੋ ਜਾਂਦਾ ਤੇ ਸਾਡਾ ਸਵਾਲ ਇਹ ਹੁੰਦਾ ਕਿ ਫਿਲਮ ਰਿਲੀਜ਼ ਕਦੋਂ ਹੋਏਗੀ ਸੋ ਦੋਸਤੋ ਦੱਸ ਦਿੰਦੇ ਆ ਕਿ ਜਿੱਦਾਂ ਜਗਦੀਪ ਸਿੱਧੂ ਹਰਾਂ ਦਾ ਉਹਨਾਂ ਦਾ ਲੱਕੀ ਮਹੀਨਾ ਜਿਹੜਾ ਲੱਕੀ ਮੰਥ ਆ ਉਹ ਹੈਗਾ ਸਤੰਬਰ ਤੇ ਦੱਸ ਦਿੰਦੇ ਆ ਕਿ ਇਹ ਫਿਲਮ ਵੀ ਸਤੰਬਰ ਦੇ ਵਿੱਚ ਹੀ ਰਿਲੀਜ਼ ਹੋਏਗੀ ਤੇ ਜਗਦੀਪ ਸਿੱਧੂ ਹਰਾਂ ਦਾ ਮੰਨਣਾ ਇਹ ਹੈ ਕਿ ਉਹਨਾਂ ਦੀ ਸਤੰਬਰ ਮਹੀਨੇ ਵਿੱਚ ਰਿਲੀਜ਼ ਹੁੰਦੀ ਫਿਲਮ ਸੁਪਰ ਡੂਪਰ ਹਿੱਟ ਹੁੰਦੀ ਹੈ ਸੋ ਦੋਸਤੋ 노 ਡਾਊਟ ਕਿ ਐਦਾਂ ਹੀ ਹੋਏਗਾ ਇਹ ਫਿਲਮ ਵੀ ਸੁਪਰ ਡੂਪਰ ਹਿੱਟ ਹੋਏਗੀ ਜਿੱਥੇ ਇਸ ਫਿਲਮ ਨੇ ਫਰਵਰੀ ਮਾਰਚ ਦੇ ਵਿੱਚ ਇਹ ਫਿਲਮ ਦਾ ਸ਼ੂਟ ਹੈ ਜਿਹੜਾ ਉਹ ਸਟਾਰਟ ਹੋਣਾ ਉੱਥੇ ਹੀ ਇਸ ਫਿਲਮ ਨੇ ਸਤੰਬਰ 2024 ਦੇ ਵਿੱਚ ਰਿਲੀਜ਼ ਹੋ ਜਾਣਾ ਤੇ ਦੋਸਤੋ ਫਿਲਮ ਦੀ ਸਟਾਰ ਕਾਸਟ ਸੇਮ ਹੋਏਗੀ ਜਿੱਦਾਂ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫੇਰ ਕਮਾਲ ਕਰੇਗੀ ਤੇ ਪੰਜਾਬੀ ਸਿਨੇਮੇ ਨੂੰ ਕੁਝ ਨਾ ਕੁਝ ਨਵਾਂ ਦੇਏਗੀ ਤੇ ਉਹਨਾਂ ਹੀ ਦੱਸ ਦਿੰਦੇ ਨੇ ਕਿ ਇਸ ਫਿਲਮ ਦੇ ਵਿੱਚ ਐਮੀ ਵਿਰਕ ਸਰਗੁਣ ਮਹਿਤਾ ਤੇ ਇਸ ਵਾਰ ਨਾਲ ਜਾਨੀ ਆ ਵੀ ਨਜ਼ਰ ਆਉਣਗੇ ਜਿੱਦਾਂ ਕਿ ਅਸੀਂ ਕਿਸਮਤ 2 ਦੇ ਵਿੱਚ ਵੇਖਿਆ ਸੀਗਾ ਤੇ ਕਿਸਮਤ 3 ਦੇ ਵਿੱਚ ਵੀ ਇਹ ਟਿੱਕੜੀ ਕਮਾਲ ਕਰੇਗੀ ਸੋ ਦੋਸਤੋ ਉਥੇ ਹੀ ਦੱਸ ਦਿੰਦੇ ਆ ਕਿ ਜਦੋਂ ਕਹਾਣੀ ਚੰਗੀ ਲੱਗਦੀ ਆ ਤੇ ਸਾਨੂੰ ਕਿਸਮਤ ਦੇ ਨਾਲ ਕਿਸਮਤ ਦਾ 뮤직 ਵੀ ਬਹੁਤ ਪਿਆਰਾ ਲੱਗਦਾ ਤੇ ਦੱਸ ਦਿੰਦੇ ਆ ਕਿ ਇਸ ਵਾਰ ਵੀ ਜਾਨੀ ਤੇ ਵੀ ਪ੍ਰੈਕ ਦੇ ਗਾਣੇ ਜਿਹੜੇ ਉਹ ਸਾਨੂੰ ਵਾਗੋ-ਬਾਗ ਕਰਨਗੇ ਕਮਾਲ ਕਰਨਗੇ ਇਮੋਸ਼ਨਲ ਕਰਨਗੇ ਸੋ ਬਹੁਤ ਹੀ ਪਿਆਰਾ ਜਾਂ 뮤직 ਹੋਏਗਾ ਫਿਲਮ ਦਾ ਇਹ ਤੇ ਸਾਨੂੰ ਤਸੱਲੀ ਹੋ ਜਾਂਦੀ ਆ ਜਦੋਂ ਜਾਨੀ ਤੇ ਵੀ ਪ੍ਰੈਕ ਹੋਰਾਂ ਦਾ ਨਾਮ ਕਿਸੇ ਫਿਲਮ ਦੇ ਨਾਲ ਜੁੜ ਜਾਂਦਾ ਸੋ ਦੋਸਤੋ ਉੱਥੇ ਹੀ ਦੱਸ ਦਿੰਨੇ ਆ ਕਿ ਇਸ ਨੂੰ ਸ੍ਰੀ ਨਰੋਤਮ ਜੀ ਵੱਲੋਂ ਪ੍ਰੈਜ਼ੈਂਟ ਕੀਤਾ ਜਾਣਾ ਤੇ ਫਿਲਮ ਦੇ ਪ੍ਰੋਡਿਊਸਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਬਣਦੀਆਂ ਨੇ ਕਿ ਉਹਨਾਂ ਨੇ ਸਾਡੀ ਸਿਨੇਮੇ ਨੂੰ ਬਹੁਤ ਖੂਬਸੂਰਤ ਫਿਲਮਾਂ ਦਿੱਤੀਆਂ ਨੇ ਇਸ ਫਿਲਮ ਦੇ ਪ੍ਰੋਡਿਊਸਰ ਨੇ ਜੀ ਨਵਦੀਪ ਨਰੂਲਾ ਤੇ ਅੰਕਿਤ ਵਿਦਾਨ ਸੋ ਦੋਸਤੋ ਸਭ ਤੋਂ ਪਹਿਲਾਂ ਫਿਲਮ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਤੇ ਉੱਥੇ ਹੀ ਅਸੀਂ ਬਹੁਤ ਐਕਸਾਈਟਡ ਆ ਕਿ ਇਸ ਫਿਲਮ ਦੀ ਕੁਈ ਲੋਕ ਸਾਡੇ ਤੱਕ ਸਾਹਮਣੇ ਆਏ ਤੇ ਉਦੋਂ ਤੱਕ ਸਾਨੂੰ ਥੋੜਾ ਜਿਹਾ ਸਬਰ ਬਣਾਈ ਰੱਖਣਾ ਤੇ ਅਸੀਂ ਬਹੁਤ ਸਾਰੀਆਂ ਖੂਬਸੂਰਤ ਜੀਆਂ ਫਿਲਮਾਂ ਦਾ ਆਨੰਦ ਮਾਣਦੇ ਰਵਾਂਗੇ